ਸਤਿ ਸ੍ਰੀ ਅਕਾਲ ਸਾਥੀਓ ਸਵਾਗਤ ਹੈ ਇਸ ਵੀਡੀਓ ਦੇ ਵਿੱਚ ਇਹ ਵੀਡੀਓ ਤੁਹਾਡੇ ਲਈ 10ਵੀਂ ਕਲਾਸ ਸਾਇੰਸ ਪ੍ਰੈਪਰੇਸ਼ਨ ਲਈ ਬਹੁਤ ਜ਼ਰੂਰੀ ਹੈ ਇਹਦੇ ਵਿੱਚ ਤੁਹਾਡੇ ਕੋਲੋਂ ਮਿਸ਼ਨ ਜੋ 100% ਸਰਕਾਰ ਦਾ ਜੋ ਏਮ ਹੈ ਉਹਦੇ ਤਹਿਤ ਇਹਦੇ ਵਿੱਚ 100 ਇਦਾਂ ਦੇ ਪ੍ਰਸ਼ਨ ਲਏ ਗਏ ਨੇ ਜੋ ਕਿ ਹਾਲੇ ਕੀਤੇ ਗਏ ਨੇ ਤੇ ਇਹ ਪੜ੍ਹ ਕੇ ਤੁਸੀਂ ਪਾਸ ਹੋ ਸਕਦੇ ਹੋ। ਤੋਂ ਇਸ PDF ਦੇ ਵਿੱਚ ਮੈਂ 100 ਇੰਪੋਰਟੈਂਟ ਪ੍ਰਸ਼ਨ ਡਿਸਕਸ ਕਰਾਂਗਾ ਜੋ ਕਿ ਤੁਸੀਂ ਅਗਰ ਪੜ੍ਹ ਲੋਗੇ ਤੇ ਤੁਸੀਂ ਪਾਸ ਹੋ ਸਕਦੇ ਹੋ। ਤੇ ਇਹ PDF ਤਿਆਰ ਕੀਤੀ ਗਈ ਹੈ ਜੀ ਵਿਭਾਗ ਦੇ ਵੱਲੋਂ ਹਰਮਨਦੀਪ ਸਿੰਘ ਡੀਐਮ ਸਾਇੰਸ ਸੰਗਰੂਰ ਵੱਲੋਂ ਬਣਾਈ ਗਈ ਹੈ। ਇਹ ਮੈਂ ਤੁਹਾਨੂੰ ਵੀਡੀਓ ਦੇ ਥਰੂ ਦੱਸ ਰਿਹਾ ਹਾਂ ਜੀ। ਇਹਦੇ ਵਿੱਚ ਘੱਟੋ ਘੱਟ ਤੁਸੀਂ 40% ਨੰਬਰ ਲੈ ਸਕਦੇ ਹੋ ਜੇ ਇਹਨੇ ਪ੍ਰਸ਼ਨ ਕਰ ਲਓ। ਤੋ ਇਹਦੇ ਵਿੱਚ ਜੋ ਜ਼ਰੂਰੀ ਪ੍ਰੈਸ਼ਨ ਲਿਖੇ ਨੇ ਪੰਜਾਬੀ ਦੇ ਵਿੱਚ ਨੇ ਤੁਸੀਂ ਇਹਨਾਂ ਨੂੰ ਨੋਟ ਕਰ ਲੈਣਾ ਹੈ ਤੇ ਨਾਲ ਇਹਨਾਂ ਨੂੰ ਹੱਲ ਵੀ ਕੀਤਾ ਹੋਇਆ ਹੈ ਜੇ ਤੁਹਾਨੂੰ ਪੀਡੀਐਫ ਚਾਹੀਦੀ ਹੈ ਤੇ ਮੈਨੂੰ ਵੀਡੀਓ ਦੇ ਨੀਚੇ ਕਮੈਂਡ ਕਰ ਸਕਦੇ ਹੋ ਹੋ ਸਕਦਾ ਹੈ ਤੁਹਾਡੇ ਸਕੂਲ ਦੇ ਗਰੁੱਪਾਂ 'ਚ ਵੀ ਇਹ ਸ਼ੇਅਰ ਹੋ ਗਈ ਹੋਵੇ ਤੋ ਇਹਨਾਂ ਦੇ ਹਿਸਾਬ ਦੇ ਨਾਲ ਤੁਸੀਂ ਆਪਣੀ ਤਿਆਰੀ ਕਰਨੀ ਹੈ ਸੋ ਪ੍ਰੈਸ਼ਨ ਨੇ ਬਹੁਤ ਜ਼ਰੂਰੀ ਇਹ ਤੁਹਾਨੂੰ ਹੈਲਪ ਕਰਨਗੇ ਪੇਪਰ ਪਾਸ ਕਰਨਗੇ ਸੋ ਇਹ ਕਮਜ਼ੋਰ ਵਿਦਿਆਰਥੀਆਂ ਲਈ ਨੇ ਜਿਹੜੇ ਪੂਰਾ ਸਿਲੇਬਸ ਤਿਆਰ ਨਹੀਂ ਕਰ ਸਕਦੇ ਇਸ ਲਈ ਸੋ ਇੰਪੋਰਟੈਂਟ ਪ੍ਰਸ਼ਨ ਤੁਹਾਡੇ ਲਈ ਜੋ ਹਰਮਨਦੀਪ ਸਿੰਘ ਦੁਆਰਾ ਜੋ ਇੱਕ ਸਾਇੰਸ ਦੇ ਟੀਚਰ ਨੇ ਉਹਨਾਂ ਦੁਆਰਾ ਤਿਆਰ ਕੀਤੇ ਗਏ ਨੇ ਹੁਣ ਜੇ ਮੈਂ ਕਲਾ ਕਲਾ ਪੜ੍ਹ ਕੇ ਸੁਣਾਵਾਂਗਾ ਤੇ ਕਾਫੀ ਜ਼ਿਆਦਾ ਲੰਬੀ ਵੀਡੀਓ ਹੋ ਜਾਏਗੀ ਇਸ ਲਈ ਤੁਸੀਂ ਇਹਨਾਂ ਦੇ ਜੋ ਕਵੈਸਚਨਸ ਨੇ ਨੋਟ ਕਰ ਸਕਦੇ ਹੋ ਤੇ ਆਪਣੀ ਹੈਲਪ ਬੁੱਕ ਤੋਂ ਜਾਂ ਬੁੱਕ ਚੋਂ ਤੁਸੀਂ ਇਹਨਾਂ ਦੇ ਆਨਸਰ ਲੱਭ ਸਕਦੇ ਹੋ ਜਾਂ ਇਹਨਾਂ ਦਾ ਪ੍ਰਿੰਟ ਵੀ ਲੈ ਸਕਦੇ ਹੋ ਇਸ ਦਾ ਪੀਡੀਐਫ ਕੱਢ ਕੇ ਜਾਂ ਇਹਨੂੰ ਹੱਲ ਤੁਸੀਂ ਕਰ ਸਕਦੇ ਹੋ ਆਪਣੀ ਕਾਪੀ ਤੇ ਸੋ ਬਹੁਤ ਹੀ ਜ਼ਰੂਰੀ ਪੀਡੀਐਫ ਹੈ ਇਹ ਵੀਡੀਓ ਵੀ ਬਹੁਤ ਜ਼ਰੂਰੀ ਹੈ ਇਸ ਲਈ ਇਹ ਜਿਆਦਾ ਤੋਂ ਜਿਆਦਾ ਸਾਥੀਆਂ ਨੂੰ ਜਰੂਰ ਦੱਸ ਦੇਣਾ ਤਾਂ ਕਿ ਉਹ ਤਿਆਰੀ ਕਰ ਸਕਣ ਕਿਉਂਕਿ ਮਿਸ਼ਨ ਜੋ ਸਾਡਾ ਸੋ 100% ਉਹਦੇ ਤਹਿਤ ਇਹ 40% ਤੋਂ ਘੱਟ ਨੰਬਰ ਵਾਲੇ ਵਿਦਿਆਰਥੀਆਂ ਲਈ ਤਿਆਰ ਕੀਤੀ ਗਈ ਹੈ ਸੋ ਇਹਨੂੰ ਪੜ੍ਹ ਕੇ ਤੁਸੀਂ ਐਟ ਲਿਸਟ 40% ਨੰਬਰ ਲੈ ਸਕਦੇ ਹੋ ਤੇ ਪਾਸ ਹੋ ਸਕਦੇ ਹੋ ਜ਼ਰੂਰੀ ਨਹੀਂ 40% ਤੇ ਇਹ ਪੜ੍ਹ ਕੇ ਜ਼ਿਆਦਾ ਨੰਬਰ ਵੀ ਆ ਸਕਦੇ ਆ ਪਰ ਇਹਦੇ ਵਿੱਚੋਂ 40% ਪੇਪਰ ਆਣ ਦੇ ਪੂਰੇ ਪੂਰੇ ਚਾਂਸ ਨੇ ਸੋ ਮੈਨੂੰ ਉਮੀਦ ਹੈ ਤੁਹਾਨੂੰ ਇਹ ਪੀਡੀਐਫ ਜੋ ਹੈ ਚੰਗੀ ਲੱਗੀ ਹੋਏਗੀ ਤੇ ਤੁਸੀਂ ਆਪਣੇ ਸਕੂਲ ਦੇ ਗਰੁੱਪ ਵਿੱਚ ਵੀ ਇਹਨੂੰ ਦੇਖ ਸਕਦੇ ਹੋ ਤੇ ਜੇ ਤੁਹਾਡੇ ਗਰੁੱਪਾਂ 'ਚ ਸ਼ੇਅਰ ਨਹੀਂ ਹੋਈ ਤੇ ਮੇਰੇ ਨਾਲ ਕੰਟੈਕਟ ਕਰਕੇ ਤੁਸੀਂ ਇਹਨੂੰ ਲੈ ਵੀ ਸਕਦੇ ਹੋ ਟੋਟਲ ਇਹਦੇ ਵਿੱਚ ਸੋ ਪੇਪਰ ਅਪ੍ਰੈਸ਼ਨ ਜ਼ਰੂਰੀ ਜੋ ਹੱਲ ਕੀਤੇ ਗਏ ਨੇ ਤੇ ਇਹ ਤੁਸੀਂ ਪੜ ਲੈਣੇ ਨੇ ਪੇਪਰ ਦੇ ਵਾਸਤੇ ਧੰਨਵਾਦ ਵਿਦਿਆਰਥੀਓ ਮੈਨੂੰ ਉਮੀਦ ਹੈ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇਗੀ ਜੇ ਚੰਗੀ ਲੱਗੀ ਹੋਵੇ ਜਿਆਦਾ ਤੋਂ ਜਿਆਦਾ ਜ਼ਰੂਰ ਸ਼ੇਅਰ ਕਰ ਦੇਣਾ ਕਿਉਂਕਿ ਜੋ ਹਰਮਨਦੀਪ ਸਿੰਘ ਈਮ ਸਾਇੰਸ ਦੀ ਜੋ ਮਿਹਨਤ ਹੈ ਤੁਹਾਡੇ ਲਈ ਕੀਤੀ ਗਈ ਹੈ ਤਾਂ ਕਿ ਇਹਦਾ ਵਿਦਿਆਰਥੀ ਫਾਇਦਾ ਲੈ ਸਕਣ ਥੈਂਕ ਯੂ